ਬਠਿੰਡਾ ਵਿੱਚ ਲੋਕ ਅਦਾਲਤ ਲਾਈ ਗਈ ਜਿਸ ਵਿੱਚ ਆਪਸੀ ਸਮਝੌਤੇ ਲਈ 2532 ਕੇਸ ਸ਼ਾਮਿਲ ਕੀਤੇ ਗਏ ਅਤੇ 918 ਕੇਸ ਪੈਂਡਿੰਗ ਰੱਖੇ ਗਏ। ਬਠਿੰਡਾ ਦੀ ਅਦਾਲਤ ਵਿੱਚ ਇਹਨਾਂ ਕੇਸਾਂ ਨੂੰ ਸੁਲਝਾਉਣ ਲਈ 17 ਬੈਂਚ ਲਗਾਏ ਗਏ। ਇਸ ਅਦਾਲਤ ਵਿੱਚ ਲੈਣ ਦੇਣ, ਆਪਸੀ ਝਗੜੇ ਆਦਿ ਕੇਸਾਂ ਦੇ ਫੈਸਲੇ ਕੀਤੇ ਗਏ ਅਤੇ ਲੋਕਾਂ ਦੀ ਵੀ ਇਸ ਅਦਾਲਤ ਵਿੱਚ ਆਪਣੇ ਕੇਸ ਸੁਲਝਾਉਣ ਲਈ ਕਾਫੀ ਰੁਚੀ ਨਜ਼ਰ ਆਈ। ਮਾਨਯੋਗ ਸੈਸ਼ਨ ਜੱਜ ਕਮਲਜੀਤ ਸਿੰਘ ਰਾਮਾ ਨੇ ਦੱਸਿਆ ਕਿ ਇਹਨਾਂ ਅਦਾਲਤਾਂ ਵਿੱਚ ਕੇਸਾਂ ਦਾ ਆਪਸ ਚ ਬੈਠ ਕੇ ਨਿਪਟਾਰਾ ਕੀਤਾ ਜਾਂਦਾ ਹੈ। ਅੱਜ ਅਸੀਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਈ ਹੈ 14 ਦਸੰਬਰ ਨੂੰ ਅਤੇ ਇਹਦੇ ਵਿੱਚ ਅਸੀਂ 17 ਬੈਂਚਿਸ ਜਿਹੜੇ ਆ ਉਹ ਬਣਾਏ ਆ। ਲੋਕ ਅਦਾਲਤ ਵਿੱਚ ਅਸੀਂ ਜਿਹੜੇ ਪ੍ਰੀ ਲਿਟੀਗੇਟਿਵ ਜਿਹੜੇ ਕੇਸਿਸ ਹੈ ਉਹ ਅਸੀਂ 2532 ਕੇਸ ਰੱਖੇ ਸੀ ਅਤੇ ਜਿਹੜੇ ਪੈਂਡਿੰਗ ਕੇਸਿਸ ਹੈ ਉਹ ਅਸੀਂ 918 ਰੱਖੇ ਆ ਅਤੇ ਟੋਟਲ ਜਿਹੜੇ 17 ਬੈਂਚਿਸ ਜਿਹੜੇ ਅਸੀਂ ਇੱਥੇ ਬਣਾਏ ਆ ਅਤੇ ਹਰ ਤਰੀਕੇ ਦੇ ਜਿਹੜੇ ਕੰਪਾਊਂਡੇਬਲ ਕੇਸਿਸ, ਰਿਕਵਰੀ ਕੇਸਿਸ ਔਰ ਅਦਰ ਜਿੱਥੇ ਰਾਜੀਨਾਮਾ ਨਾਲ ਜਿਵੇਂ ਫੈਮਿਲੀ ਮੈਟਰਸ ਹੈ ਉਹ ਅਸੀਂ ਸਾਰੇ ਕੇਸਿਸ ਜਿਹੜੇ ਆ ਟੇਕਅਪ ਕਰ ਰਹੇ ਹਾਂ ਔਰ ਕਾਫੀ ਲੋਕਾਂ ਦਾ ਉਤਸ਼ਾਹ ਹੈ, ਕਾਫੀ ਜਿਹੜੇ ਲਿਟੀਗੈਂਟਸ ਹੈ ਉਹ 'ਚ ਪਾਰਟੀਸਪੇਟ ਕਰ ਰਹੇ ਹੈ ਅਤੇ ਮੈਂ ਅੱਜ ਖੁਦ ਰਾਊਂਡ ਮਾਰ ਕੇ ਆਇਆ ਅਤੇ ਦੇਖਿਆ ਤਾਂ ਕਾਫੀ ਜਿਹੜੇ ਰਾਜੀਨਾਮੇ ਹੈ ਉਹ 138 ਦੇ ਕੇਸਿਸ ਦੇ ਕਾਫੀ ਹੋ ਰਹੇ ਹੈ ਜਿਹੜੇ ਚੈੱਕ ਬਾਉਂਸਿਸ ਕੇਸਿਸ ਦੇ ਹੈ। ਲੋਕ ਅਦਾਲਤ ਦਾ ਜਿਹੜਾ ਬੈਨੀਫਿਟ ਹੈ, ਇੱਕ ਤਾਂ ਵਕੀਲ, ਦਲੀਲ, ਅਪੀਲ, ਤਿੰਨੋਂ ਚੀਜ਼ਾਂ ਨਹੀਂ ਹੈਗੀਆਂ ਕਿਉਂਕਿ ਇੱਕ ਤਾਂ ਰਾਜੀਨਾਮਾ ਹੁੰਦਾ ਔਰ ਪਾਰਟੀ ਜਿਹੜੀ ਹੈ ਉਹ ਆਪਣਾ ਪੱਖ ਰੱਖਦੀ ਹੈ, ਆਪਣੇ ਪੱਖ ਦੇ ਅਨੁਸਾਰ ਹੀ ਚਾਹੁੰਦੀ ਹੈ ਕਿ ਮੇਰਾ ਰਾਜੀਨਾਮਾ ਇੱਦਾਂ ਹੋਵੇ ਅਤੇ ਉਹਨਾਂ ਨੂੰ ਸੁਣ ਕੇ ਸਮਝ ਕੇ ਆਪਸੀ ਰਾਜੀਨਾਮੇ ਨਾਲ ਪਾਰਟੀਆਂ ਨੂੰ ਬਿਠਾ ਕੇ ਅਤੇ ਆਪਣੀ ਫੈਸਲਾ ਕਰ ਦਿੰਦੇ ਹਾਂ। ਸੋ ਉਸ ਨਾਲ ਉਹਦੇ ਨਾਲ ਇਹ ਹੁੰਦਾ ਹੈ ਕਿ ਆਉਣ ਵਾਲੇ ਟਾਈਮ 'ਚ ਉਹਨਾਂ ਦਾ ਮਲਾਲ ਨਹੀਂ ਰਹਿੰਦਾ ਦਿਮਾਗ 'ਚ, ਉਹਨਾਂ ਦੇ ਦਿਲ 'ਚ ਕਿ ਵੀ ਇਹ ਕੋਈ ਗੱਲ ਇੱਦਾਂ ਹੋ ਗਈ ਨਹੀਂ ਹੋ ਗਈ ਅਤੇ ਕੋਈ ਅਪੀਲ ਵਾਲੀ ਗੱਲ ਨਹੀਂ ਹੁੰਦੀ। ਤਾਂ ਰਾਜੀਨਾਮੇ ਨਾਲ ਲਿਟੀਗੇਸ਼ਨ ਜਿਹੜੀ ਹੈ ਉਹ ਇਸ ਸਟੇਜ 'ਤੇ ਖਤਮ ਹੋ ਜਾਂਦੀ ਹੈ। ਬਠਿੰਡੇ ਤੋਂ ਸੰਧੂ ਸਾਹਿਬ ਦੀ ਰਿਪੋਰਟ।